ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਨਿਸ਼ਾਨ ਸਾਹਿਬ ਜਿਹੜਾ ਹੁੰਦਾ ਹੈ ਗੁਰੂ ਸਾਹਿਬ ਜੀ ਦੇ ਇੱਕ ਬਹੁਤ ਵੱਡੀ, ਇਹ ਕਹਿੰਦੇ ਗੁਰੂ ਘਰ ਦਾ ਇੱਕ ਉੱਚੀ ਅਤੇ ਸੁੱਚੀ ਸਾਡੀ ਸੋਚ ਨੂੰ ਲੈ ਕੇ ਜਾਣ ਵਾਲਾ ਗੁਰਦੁਆਰਾ ਸਾਹਿਬ ਦੇ ਅੱਗੇ ਨਿਸ਼ਾਨ ਸਾਹਿਬ ਲੱਗਿਆ ਹੁੰਦਾ। ਪਰ ਜਦੋਂ ਇਹ ਨਿਸ਼ਾਨ ਸਾਹਿਬ ਕਿਸੇ ਮਨਮਤ ਜਗ੍ਹਾ ਦੇ ਉੱਤੇ ਲੱਗਦਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ, ਅਤੇ ਉੱਥੇ ਸਾਡਾ ਫਰਜ਼ ਬਣਦਾ ਕਿ ਅਸੀਂ ਉਹ ਨਿਸ਼ਾਨ ਸਾਹਿਬ ਨੂੰ ਮਰਜ਼ਾਦਾ ਦੇ ਨਾਲ ਪੂਰੇ ਪਿਆਰ ਸਤਿਕਾਰ ਦੇ ਨਾਲ ਵਧਾਇਆ ਜਾਵੇ। ਅਤੇ ਸਾਨੂੰ ਇਹ ਚੀਜ਼ ਪਿੰਡ ਅਲੀਪੁਰ ਦੇ ਵਿੱਚ ਪਤਾ ਲੱਗੇ ਸੀ ਕਿ ਇੱਥੇ ਇਸ ਘਰ ਦੇ ਵਿੱਚ ਇੱਕ ਨਿਸ਼ਾਨ ਸਾਹਿਬ ਲੱਗਿਆ ਹੋਇਆ, ਪੁਰਾਣੇ ਬਜ਼ੁਰਗਾਂ ਨੇ ਲਗਾਇਆ ਸੀ, ਬਜ਼ੁਰਗ ਆਪ ਤਾਂ ਚੜ੍ਹਾਈ ਕਰ ਗਏ, ਪਰ ਇੱਥੇ ਕੁਝ ਕਿਰਾਏਦਾਰ ਵੀ ਰਹਿੰਦੇ ਨੇ ਜਿਨ੍ਹਾਂ ਦਾ ਕਿ ਖਾਣਾ ਪੀਣਾ ਵੀ ਉਹ ਜਿਹੜਾ ਸਹੀ ਨਹੀਂ ਸੀਗਾ। ਅਤੇ ਜਿੱਥੋਂ ਪਿੰਡ ਵਾਲਿਆਂ ਨੇ ਕਈ ਨੇ ਸਾਨੂੰ ਕਿਹਾ ਸੀਗਾ ਵੀ ਨਿਸ਼ਾਨ ਸਾਹਿਬ ਜਿਹੜਾ ਲੱਗਿਆ ਹੋਇਆ ਉਹ ਗਲਤ ਲੱਗਿਆ ਹੋਇਆ, ਇੱਥੇ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ, ਮੀਟ ਬਣਾਇਆ ਜਾਂਦਾ, ਖਾਧਾ ਜਾਂਦਾ। ਅਤੇ ਉਹਨੂੰ ਵੇਖਦੇ ਹੋਇਆ ਸਾਡੇ ਨਾਲ ਹੋਰ ਵੀਰ ਨਾਲ ਜੁੜੇ ਅਤੇ ਸਾਰਿਆਂ ਨੇ ਇਕੱਠੇ ਰਲ ਕੇ ਫੈਸਲਾ ਕੀਤਾ ਕਿ ਨਿਸ਼ਾਨ ਸਾਹਿਬ ਜਿਹੜਾ ਇੱਥੋਂ ਵਧਾਇਆ ਜਾਵੇ। ਅਤੇ ਪਰਿਵਾਰ ਦੀ ਵੀ ਸਹਿਮਤੀ ਸਾਨੂੰ ਮਿਲ ਗਈ ਆ, ਨੇੜੇ ਤੇੜੇ ਮੁਹੱਲੇ ਦੀ ਵੀ ਸਹਿਮਤੀ ਸਾਨੂੰ ਮਿਲ ਗਈ ਆ ਵੀ ਠੀਕ ਹੈ, ਤੁਸੀਂ ਪੂਰੀ ਮਰਜ਼ਾਦਾ ਦੇ ਨਾਲ ਇਹ ਨਿਸ਼ਾਨ ਸਾਹਿਬ ਨੂੰ ਵਧਾਇਆ ਜਾਵੇ। ਅਤੇ ਹੁਣ ਅਸੀਂ ਤਕਰੀਬਨ ਸਾਰੇ ਸਿੰਘ ਇਕੱਠੇ ਹੋ ਕੇ ਕੜਾਹ ਪ੍ਰਸ਼ਾਦੀ ਦੇਗ ਬਣਾ ਲਈ ਹੈ ਜੀ। ਥੋੜ੍ਹਾ ਦੇਰ ਜਾਪ ਸਾਹਿਬ ਕਰਕੇ, ਆਨੰਦ ਸਾਹਿਬ ਦਾ ਪਾਠ ਕਰਕੇ, ਚੌਪੀ ਸਾਹਿਬ ਦਾ ਪਾਠ ਕਰਕੇ ਨਿਸ਼ਾਨ ਸਾਹਿਬ ਨੂੰ ਵਧਾ ਦਿੱਤਾ ਜਾਵੇਗਾ ਤਾਂ ਕਿ ਬੇਅਦਬੀ ਨਾ ਹੋ ਸਕੇ, ਇਹ ਨਿਸ਼ਾਨ ਸਾਹਿਬ ਕਿਸੇ ਗੁਰੂ ਘਰ ਸਾਹਿਬ ਦੇ ਅੱਗੇ ਲੱਗ ਸਕੇ ਅਤੇ ਪੂਰੀ ਮਰਜ਼ਾਦਾ ਦੇ ਨਾਲ। ਸੋ ਨਿਸ਼ਾਨ ਸਾਹਿਬ ਜਿਹੜਾ ਅਸੀਂ ਵਧਾਉਣ ਲੱਗੇ ਹਾਂ ਜੀ, ਥੋੜ੍ਹੇ ਟਾਈਮ ਤੱਕ ਆਪਣੀ ਲਾਈਵ ਦਿਖਾ ਦੇਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਡੀ ਟੀਮ ਵੱਲੋਂ ਬਸ ਇੱਕ ਸੁਨੇਹਾ ਸਾਰੇ ਸਿੱਖ ਜਗਤ ਨੂੰ ਵੀ ਜੇ ਕਿਤੇ ਵੀ ਕੋਈ ਐਸੀ ਬੇਅਦਬੀ ਹੋ ਰਹੀ ਆ ਜਾਂ ਕਿਸੇ ਨਾਲ ਧੱਕਾ ਹੋ ਰਿਹਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਮਤਲਬ ਧੱਕਾ ਕਰ ਰਿਹਾ ਤਾਂ ਸਾਨੂੰ ਤੁਸੀਂ ਸੰਪਰਕ ਕਰੋ ਵੀਰ ਜੀ ਨਾਲ, ਫੋਨ ਨੰਬਰ ਹੈਗਾ। ਜਾਂ ਕਿਸੇ ਲੋੜਵੰਦ ਨੂੰ ਕਿਸੇ ਤਰ੍ਹਾਂ ਦੀ ਲੋੜ ਆ, ਲੰਗਰ ਦੀ ਲੋੜ ਆ ਜਾਂ ਕਿਸੇ ਬੱਚੇ ਨੂੰ ਕਿਤਾਬਾਂ ਦੀ ਲੋੜ ਆ, ਤਾਂ ਵੀ ਵੀਰ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਅਸੀਂ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।